ਜਦੋਂ ਟੁੱਟ ਜੇ ਨਾ ਵਿਸ਼ਵਾਸ, ਸਭ ਤੋਂ ਵੱਡੀ ਗੱਲ ਹੈ ਵਿਸ਼ਵਾਸ ਟੁੱਟਿਆ। ਉਹਨੇ ਜਿਵੇਂ ਹੁਣ ਤਾਂ ਮਾਫ਼ੀ ਮੰਗਦਾ ਸੀ ਬੱਚਿਆਂ ਦੀ ਤਰ੍ਹਾਂ, ਕਹਿੰਦਾ ਮੈਂ ਤੁਹਾਡੇ ਬੱਚਿਆਂ ਮੈਂ ਮਾਫ਼ੀ ਮੰਗਦਾ, ਗਲਤੀ ਹੋ ਗਈ ਜੋ ਕੁਛ ਨਹੀਂ, ਕੋਈ ਗੱਲ ਨਹੀਂ, ਤਾਂ ਨਾ ਮਾਫ਼ੀ ਦੀ ਗੱਲ ਹੈ ਨਾ ਹੋਰ, ਅਤੇ ਜੋ ਹੋਇਆ ਤਾਂ ਠੀਕ ਹੋਇਆ। ਇੱਕ ਹੋਰ ਵੀ ਕਿਹਾ ਵੀ ਕਈ ਵਾਰੀ ਸਾਡੇ ਕੋਲ ਮੈਸੇਜ ਆਏ ਕਿ ਉਹ ਬਦਲਣਾ ਚਾਹੁੰਦੇ ਟਿਕਟ, ਤੁਹਾਨੂੰ ਦੇਣਾ ਪੈ ਨਹੀਂ, ਅਸੀਂ ਮੁੜ ਕੇ ਟਿਕਟ ਨਹੀਂ ਲੈਣਾ ਕੋਈ ਵੀ, ਅਸੀਂ ਕਿਸੇ ਕਿਸਮ ਦੀ ਲੜਾਈ ਨਹੀਂ ਲੜਨੀ। ਮਤਲਬ ਕਿ ਅੱਗੇ ਵਿਧਾਨ ਸਭਾ ਨਹੀਂ ਲੈਣਾ ਕੋਈ ਵੀ? ਨਹੀਂ, ਵਿਧਾਨ ਸਭਾ ਤਾਂ ਆਊਗੀ, ਅਸੀਂ 2 ਸਾਲ ਨੂੰ 3 ਸਾਲ ਪਏ ਨੇ। ਮੈਂ ਪਾਰਲੀਮੈਂਟ ਦੀ ਗੱਲ ਕਰ, ਮੈਂ ਪਹਿਲਾਂ ਜਿਹੜੇ ਲੀਡਰ ਟ੍ਰਾਈਬ ਸੀਗੇ ਅਸੀਂ ਉੱਥੇ ਇਕੱਠੇ ਹੋ ਗਏ ਸੀ। ਉਦੋਂ ਬਾਅਦ ਮੇਰਾ ਮਨਸ਼ਾ ਸੀ ਕਿ ਜਿਹੜੇ ਜ਼ਿਲ੍ਹੇ ਦੇ ਵਰਕਰ ਨੇ ਉਹਨਾਂ ਨੂੰ ਮਿਲਿਆ ਜਾਏ ਅਤੇ ਉਹਨਾਂ ਦਾ ਵਿਊ ਲਿਆ ਜਾਏ, ਕਿਉਂਕਿ ਅਸਲੀ ਵੋਟ ਤਾਂ ਉਹਨਾਂ ਦੀ ਹੈ। ਇਸ ਕਰਕੇ ਉਹਨਾਂ ਦਾ ਅੱਜ ਵਿਊ ਲੈਣ ਲਈ ਅਸੀਂ ਅੱਜ ਇਕੱਠੇ ਹੋਏ ਸੀ, ਉਹਨਾਂ ਦੇ ਵਿਊ ਲਏ ਨੇ। ਬਹੁਤਿਆਂ ਦਾ ਹੁੰਦਾ ਵਿਊ ਇਹੀ ਹੁੰਦਾ ਕਿ ਨਹੀਂ ਜੀ ਆਪਾਂ ਕੋਈ ਹੋਰ ਚੀਜ਼ ਤਾਂ, ਮੈਂ ਨਹੀਂ ਅਕਾਲੀ ਹਾਂ, ਅਕਾਲੀ ਰਹਿਣਾ, ਕੋਈ ਗੱਲ ਨਹੀਂ। ਜੇ ਸਾਡੀ ਕੋਈ ਯਾਰ ਨਹੀਂ ਹੋਈ ਤਾਂ ਕੋਈ ਗੱਲ ਨਹੀਂ, ਪਰਮਾਤਮਾ ਦੇ ਹੱਥ ਸਾਰਾ ਕੁਛ। ਇਸ ਕਰਕੇ ਉਹਨਾਂ ਨੇ ਕਿਹਾ, ਉਹਨਾਂ ਨੇ ਇੱਕ ਹੋਰ ਵੀ ਕਿਹਾ ਵੀ ਕਈ ਵਾਰੀ ਸਾਡੇ ਕੋਲ ਮੈਸੇਜ ਆਏ ਕਿ ਉਹ ਬਦਲਣਾ ਚਾਹੁੰਦੇ ਟਿਕਟ, ਤੁਹਾਨੂੰ ਦੇਣਾ ਪੈ ਨਹੀਂ, ਅਸੀਂ ਮੁੜ ਕੇ ਟਿਕਟ ਨਹੀਂ ਲੈਣਾ ਕੋਈ ਵੀ, ਅਸੀਂ ਕਿਸੇ ਕਿਸਮ ਦੀ ਲੜਾਈ ਨਹੀਂ ਲੜਨੀ। ਮਤਲਬ ਕਿ ਅੱਗੇ ਵਿਧਾਨ ਸਭਾ ਨਹੀਂ ਲੈਣਾ ਕੋਈ ਵੀ? ਨਹੀਂ, ਵਿਧਾਨ ਸਭਾ ਤਾਂ ਆਊਗੀ, ਅਸੀਂ 2 ਸਾਲ ਨੂੰ 3 ਸਾਲ ਪਏ ਨੇ। ਮੈਂ ਪਾਰਲੀਮੈਂਟ ਦੀ ਗੱਲ ਕਰ, ਕੋਈ ਬੰਦੇ ਆਏ ਸੀਗੇ, ਮੈਂ ਹੁਣ ਇਹ ਕਿ ਤੁਹਾਨੂੰ ਕੀ ਦੱਸਾਂ। ਇਹ ਤਾਂ ਹੁਣ ਵਕਤ ਦੱਸੂਗਾ ਜੀ, ਮੈਂ ਕਿਵੇਂ ਕਿਹਾ ਤਾਂ ਵਰਕਰਾਂ, ਮੈਂ ਤਾਂ ਮੈਂ ਪਰਮਿੰਦਰ ਦੇ ਇਲੈਕਸ਼ਨ 'ਚ ਵੀ ਕਹਿਤਾ ਸੀ ਕਿ ਮੈਂ ਨਹੀਂ ਆ ਸਕਦਾ ਕਿਉਂਕਿ ਮੇਰੀ ਸਿਹਤ ਨਹੀਂ ਲੱਗਦਾ ਜੀ। ਜਿੱਥੇ ਵੀ ਗਿਆ ਉਹ ਸਾਡੇ ਕਿਸੇ ਵਰਕਰ ਨੂੰ ਉਹਨਾਂ ਨੇ ਮੈਸੇਜ ਨਹੀਂ ਲਾਇਆ, ਕਿਸੇ ਨੂੰ ਬੁਲਾਇਆ ਨਹੀਂ ਗਿਆ। ਨਹੀਂ ਯਾਰ, ਮੈਂ ਤਾਂ ਤੁਰ ਨਹੀਂ ਸਕਦਾ, ਮੇਰੀ ਤਾਂ ਮੁਸ਼ਕਿਲ ਹੈ। ਮੈਂ ਤਾਂ ਪਰਮਿੰਦਰ ਨਾਲ ਵੀ ਕਹਿੰਦਾ ਸੀ, ਪਰਮਿੰਦਰ ਨੂੰ ਵੀ, ਕਿ ਮੇਰੀ ਸਿਹਤ ਤੇ ਅਲਾਊ ਨਹੀਂ ਕਰਦੀ। ਨਹੀਂ, ਉਹਨਾਂ ਨੇ ਪ੍ਰਸਤਾਵ ਕੋਈ ਨਹੀਂ ਸੀ, ਉਹਨਾਂ ਨੇ ਕਿਹਾ, ਮੈਂ ਕਿਹਾ ਦੇਖੋ ਜਦੋਂ ਟੁੱਟ ਜੇ ਨਾ ਵਿਸ਼ਵਾਸ, ਸਭ ਤੋਂ ਵੱਡੀ ਗੱਲ ਹੈ ਵਿਸ਼ਵਾਸ ਟੁੱਟਿਆ। ਉਹਨੇ ਜਿਵੇਂ ਹੁਣ ਤਾਂ ਮਾਫ਼ੀ ਮੰਗਦਾ ਸੀ ਬੱਚਿਆਂ ਦੀ ਤਰ੍ਹਾਂ, ਕਹਿੰਦਾ ਮੈਂ ਤੁਹਾਡੇ ਬੱਚਿਆਂ ਮੈਂ ਮਾਫ਼ੀ ਮੰਗਦਾ, ਗਲਤੀ ਹੋ ਗਈ ਜੋ ਕੁਛ, ਮੈਂ ਨਹੀਂ, ਕੋਈ ਗੱਲ ਨਹੀਂ, ਤਾਂ ਨਾ ਮਾਫ਼ੀ ਦੀ ਗੱਲ ਹੈ ਨਾ ਹੋਰ, ਅਤੇ ਜੋ ਹੋਇਆ ਤਾਂ ਠੀਕ ਹੋਇਆ। ਪਹਿਲਾਂ ਵੀ ਦਰਬਾਰ ਸਾਹਿਬ ਦੇ ਵਿੱਚ ਵੀ ਬਾਦਲ ਸਾਹਿਬ ਨੇ ਕਿਹਾ ਸੀਗਾ ਵੀ ਜੋ ਗਲਤੀਆਂ ਹੋ ਗਈਆਂ ਵੀ ਦੁਬਾਰੇ ਨਹੀਂ ਹੋਣਗੀਆਂ, ਹੁਣ ਲੱਗਦਾ ਨਹੀਂ ਕਿ ਦੁਬਾਰੇ ਫਿਰ ਕੋਈ ਗਲਤੀ। ਉਹ ਤਾਂ ਹੁਣ ਮੈਂ ਕੀ ਕਹਿ ਸਕਦਾ, ਮੈਂ ਅੱਜ ਕੁਛ ਨਹੀਂ ਕਹਿਣਾ ਜੀ, ਅੱਜ ਮੈਂ ਸਿਰਫ ਇਹ ਵਰਕਰਾਂ ਦੀ ਗੱਲ ਕਰਨੀ, ਹੋਰ ਮੈਂ ਕੋਈ ਗੱਲ। ਕੱਲ੍ਹ ਮਜੀਠੀਆ ਸਾਹਿਬ ਨੇ ਵੀ ਆਪਣਾ ਨਿੱਜੀ ਰਾਇ ਦਿੱਤੀ ਹੈ। ਉਹਦੀ ਆਪਣਾ ਦੀ ਆਪਣੀ ਨਿੱਜੀ ਰਾਇ ਸੀ, ਉਹਨਾਂ ਦੀ ਠੀਕ ਸੀ ਉਹਨਾਂ ਦੀ ਰਾਇ, ਧੰਨਵਾਦ ਉਹਨਾਂ ਦਾ। ਕਰ ਰਹੇ ਹਾਂ, ਕੁਛ ਰਹਿ ਗਏ ਨੇ ਉਹਨਾਂ ਨਾਲ ਫਿਰ ਕਰਾਂਗੇ, ਕਿਉਂਕਿ
ਇੰਨੇ ਤੁਹਾਨੂੰ ਪਤਾ ਨਹੀਂ ਸੀ ਵੀ ਇੰਨੇ ਵਰਕਰ ਆ ਜਾਣਗੇ, ਅਸੀਂ ਥੋੜ੍ਹੇ ਬੁਲਾਏ ਸੀਗੇ ਅਤੇ ਲੇਕਿਨ ਬਹੁਤੇ ਜ਼ਿਆਦਾ ਆ ਗਏ, ਉਹਨਾਂ ਦਾ ਬਹੁਤਾ ਇੰਤਜ਼ਾਮ ਨਹੀਂ ਅਸੀਂ ਕਰ ਸਕੇ ਅਤੇ ਹੁਣ ਦੁਬਾਰਾ ਬੁਲਾਵਾਂਗੇ ਕੁਛ ਬੰਦਿਆਂ ਨੂੰ, ਬਰਨਾਲੇ ਵੀ ਜਾਵਾਂਗੇ, ਲੇਕ ਓਲੇ ਵੀ ਜਾਵਾਂਗੇ, ਉਹ ਵੀ ਉਹਨਾਂ ਸਾਥ ਦੇ ਪਤਾ ਲਵਾਂਗੇ ਜਾ ਕੇ। ਅਤੇ ਸਰ ਚਰਚਾ ਅਕਾਲੀ ਹਲਕਿਆਂ 'ਚ ਵੀ ਹੋਰ ਵੀ ਕੋਈ ਕਿਸੇ ਪਾਰਟੀ ਨੇ ਤੁਹਾਨੂੰ ਔਫਰ ਕੀਤਾ ਪਰਮਿੰਦਰ ਦੀ ਟਿਕਟ ਵਾਸਤੇ? ਉਹਨੇ ਕੀਤਾ ਸੀ, ਬੀਜੇਪੀ ਨੇ ਵੀ ਕਿਹਾ ਸੀਗਾ, ਕਾਂਗਰਸ ਨੇ ਵੀ ਕਿਹਾ ਸੀ, ਅਸੀਂ ਕਿਹਾ ਵੀ ਅਸੀਂ ਤਾਂ ਸਿਰਫ ਪੰਥਕ ਦੇ, ਅਸੀਂ ਵੀ ਉਦੋਂ ਵੀ ਪਿਛਲੀ ਵਾਰੀ ਵੀ ਕਿਹਾ ਸੀਗਾ, ਆਮ ਆਦਮੀ ਪਾਰਟੀ ਨੇ ਵੀ ਕਿਹਾ ਸੀ, ਇਹਨੇ ਵੀ ਕਿਹਾ ਸੀ, ਬੀਜੇਪੀ ਨੇ ਵੀ, ਕਾਂਗਰਸ ਨੇ ਵੀ ਕਿਹਾ ਸੀ। ਇਸ ਵਾਰ ਤਾਂ ਨਹੀਂ ਆਮ ਆਦਮੀ ਪਾਰਟੀ ਤੋਂ ਪ੍ਰੋਚਿੰਗ ਸਰ, ਹੈ ਜੀ, ਇਸ ਵਾਰ ਤਾਂ ਨਹੀਂ ਆਮ ਆਦਮੀ ਪਾਰਟੀ ਤੋਂ ਪ੍ਰੋਚਿੰਗ, ਹੈ ਜੀ।